ਅਸਲਾਮ ਵਾਲੇਕਮ ਦੋਸਤੋ, ਅੱਜ ਗੱਲ ਕਰਾਂਗੇ ਕਪਾਹ ਦੇ ਬਾਰੇ 'ਚ। ਕਪਾਹ ਜਿਨ੍ਹਾਂ ਦੋਸਤਾਂ ਨੇ ਕਾਸ਼ਤ ਕੀਤੀ ਆ ਉਹਨਾਂ ਵਾਸਤੇ ਬਹੁਤ ਅੱਛੀ ਔਰ ਗੁੱਡ ਨਿਊਜ਼ ਆ ਕਿ ਇਨਸ਼ਾਅੱਲਾ ਤਾਲਾ ਇਸ ਸਾਲ ਕਪਾਹ ਦੀ ਫਸਲ ਦੀ ਇਨਸ਼ਾਅੱਲਾ ਪੈਦਾਵਾਰ ਵੀ ਅੱਛੀ ਰਹੇਗੀ ਔਰ ਕਿਸਾਨਾਂ ਨੂੰ ਰੇਟ ਵੀ ਅੱਛਾ ਮਿਲੇਗਾ। ਦਰਅਸਲ ਸੂਰਤ ਹਾਲ ਇਸ ਤਰ੍ਹਾਂ ਵਾ ਕਿ ਕਾਟਨ ਦੀ ਜਿਹੜੀ ਕਾਸ਼ਤ ਸੀ ਨਾ ਜੀ, ਉਹ ਅੰਦਾਜ਼ੇ ਤੋਂ ਔਰ ਤਖਮੀਨੇ ਤੋਂ ਕੁਛ ਘੱਟ ਰਹਿ ਗਈ ਹੈ। ਮਿਸਾਲ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਕਾਸ਼ਤ ਕਾਟਨ ਦੀ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਅੰਦਰ ਹੁੰਦੀ ਹੈ, ਜਿਹਦਾ ਕਿ ਹਿੱਸਾ ਤਕਰੀਬਨ 70% ਆ। ਅਤੇ ਪੰਜਾਬ ਦੇ ਅੰਦਰ ਟੋਟਲ ਜਿਹੜਾ ਪੈਦਾਵਾਰ ਦਾ ਤਖਮੀਨਾ ਸੀ 2024 ਦਾ, ਉਹਦੇ ਤੋਂ ਤਕਰੀਬਨ 4 ਤੋਂ 6 ਲੱਖ ਏਕੜ ਕਾਸ਼ਤ ਜਿਹੜੀ ਆ ਨਾ ਉਹ ਘੱਟ ਹੋਈ ਹੈ, ਜਿਹਦੀ ਵਜ੍ਹਾ ਤੋਂ ਤਵੱਕੋ ਕੀਤੀ ਜਾ ਰਹੀ ਹੈ ਕਿ ਇਹ ਸਾਲ ਜਿਹੜਾ ਨਾ ਜੀ ਕਪਾਹ ਵਾਸਤੇ ਔਰ ਕਪਾਹ ਦੇ ਰੇਟ ਵਾਸਤੇ ਬਹੁਤ ਅੱਛਾ ਹੋਏਗਾ ਔਰ ਕਿਸਾਨ ਵਾਸਤੇ ਬਹੁਤ ਫਾਇਦਾਮੰਦ ਹੋਏਗਾ। ਦੂਸਰੀ ਗੁੱਡ ਨਿਊਜ਼ ਇਹ ਆ ਕਿ ਸਿੰਧ ਤੋਂ ਬਾਅਦ ਪੰਜਾਬ ਦੇ ਚੰਦ ਇੱਕ ਸ਼ਹਿਰਾਂ ਦੇ ਅੰਦਰ ਵੀ ਕਪਾਹ ਜਿਹੜੀ ਹੈ ਨਾ ਜੀ ਉਹ ਆ ਗਈ ਹੈ। ਅੱਜ ਚੀਚਾਵਤਨੀ ਡਿਸਟ੍ਰਿਕਟ ਸਾਹੀਵਾਲ ਦੇ ਅੰਦਰ ਗੱਲਾ ਮੰਡੀ ਦੇ ਵਿੱਚ ਕਪਾਹ ਦੀ ਪਹਿਲੀ ਚਨਾਈ ਆਈ ਹੈ, ਅਤੇ ਜਿਹੜੀ ਕਿ ਬੋਲੀ 'ਤੇ ਅੱਜ 11,782 ਰੁਪਏ ਫੀ ਮਣ ਸੇਲ ਹੋਈ ਹੈ। ਕਾਸ਼ਤਕਾਰ ਭਾਈਓ, ਇਹ ਬਹੁਤ ਅੱਛੇ ਰੇਟ 'ਤੇ ਸੇਲ ਹੋਈ ਹੈ ਔਰ ਤਵੱਕੋ ਆ ਕਿ ਇਨਸ਼ਾਅੱਲਾ ਤਾਲਾ ਕਿ ਰੇਟ ਜਿਹੜਾ ਨਾ ਜੀ ਕਪਾਹ ਦਾ ਬਹੁਤ ਅੱਛਾ ਰਹੇਗਾ ਔਰ ਇਹ ਸਾਲ ਔਰ ਸੀਜ਼ਨ ਕਿਸਾਨਾਂ ਵਾਸਤੇ ਫਾਇਦੇਮੰਦ ਰਹੇਗਾ ਔਰ ਮੁਨਾਫਾ ਬਖਸ਼ ਰਹੇਗਾ। ਤੁਸੀਂ ਆਪਣੀ ਫਸਲ ਨੂੰ ਮੁਕੰਮਲ ਤੌਰ 'ਤੇ ਸੁਪਰਵੀਜ਼ਨ ਦਿਓ, ਉਹਦਾ ਮੁਕੰਮਲ ਖਿਆਲ ਕਰੋ, ਜਿੰਨੀ ਤੁਸੀਂ ਕਾਸ਼ਤ ਕੀਤੀ ਆ ਉਹਨੂੰ 100% ਕੇਅਰ ਕਰੋ ਔਰ ਅੱਛੀ ਪੈਦਾਵਾਰ ਲੈਣ ਦੀ ਕੋਸ਼ਿਸ਼ ਕਰੋ। ਇਨਸ਼ਾਅੱਲਾ ਤਾਲਾ ਇਹ ਸਾਲ ਕਪਾਹ ਤੁਹਾਨੂੰ ਮੁਨਾਫਾ ਦੇਵੇਗੀ ਔਰ ਰੇਟ ਬਹੁਤ ਅੱਛਾ ਰਹੇਗਾ। ਅੱਜ ਦਾ ਰੇਟ ਦੱਸ ਰਿਹਾ ਵਾ, ਟ੍ਰੈਂਡ ਸੈੱਟ ਕਰ ਰਿਹਾ ਕਿ ਰੇਟ ਇਨਸ਼ਾਅੱਲਾ ਬਹੁਤ ਬਿਹਤਰ ਰਹੇਗਾ। ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਦਰਖਾਸਤ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮੈਨੂੰ ਦਿਓ ਹੁਣ ਇਜਾਜ਼ਤ, ਰੱਬ ਰਾਖਾ।